इस पिंड दे विच चोर वड़े ट्रांसफार्म नू चोरी करन ले, पर इस मौके चोर चढ़ गए लोकां दे अड़िके जिसे विच दो महिलावां भी सन अते एक व्यक्ति। हालांकि चार चोर भजन दे विच कामयाब हो जांदे ने। जिस चोर दी लोकां दे वल्लों कुटमार कीती जांदी है उसकी मौत हो जांदी है, जिस तों बाद मौके ते पुलिस पहुंचदी है ते हुण पुलिस मौत दे कारणां दा पता लगा रही है कि यह मौत कुटमार कारण हुई है जां फिर मौत दे पिछे कोई होर कारण सन। यह घटना नाभा दे पिंड अगोल तो सामने आई है जिथे चोरां वल्लों चोरी दी वारदात नूं अंजाम दिता जांदा है, ट्रांसफार्म नूं चोरी करन दी कोशिश कीती जांदी है, पर चोर लोकां दे अड़िके चढ़ जांदे ने जिस कारण इक दी मौत हो जांदी है। जानकारी मुताबिक मृतक व्यक्ति दी पहचान निरपै सिंह उर्फ सनी वजो हुई है, जो जिला मलेरकोटले दे पिंड नौत राणी दा रहन वाला सी। इस मौके पिंड वासियां ने दस्या कि पिंड दे विच लगातार ट्रांसफार्मर दियां चोरियां हो रही ने। साडे पिंड विच 1 लाख रुपए दी केबल दी चोरी 1 रात दे विच हो गई। उन्हां वल्लों कहा गया कि उन्हां ने 2 औरतां ते 1 व्यक्ति नूं काबू कीता है, जिस दे विच 1 चोर दी मौत हो गई जबकि 4 जने भज्जण दे विच कामयाब हो गए ने। इस मौके पिंड वासियां ने यह भी दस्या कि यह 13 व्यक्तियां दा ग्रुप है जो पिंड दे विच लगातार चोरी दियां वारदातां नूं अंजाम दे रहे है, जिस कारण लोकां वल्लों हुण दिन रात पहरा दिता जांदा है ते इन्हां चोरां नूं काबू करन दी कोशिश कीती जांदी है, जिस दे चलदे इन्हां चोरां नूं भी पिंड वासियां वल्लों काबू कीता गया है, जिस कारण 1 चोर दी मौत हो जांदी है क्योंकि उसकी बुरी तरह कुटमार कीती जांदी है। फिलहाल पुलिस मौत दे कारणां दा पता लगाउण दी कोशिश कर रही है। साडे पिंड दे विच 1 रात 1 वारदात, अगली रात फिर वारदात, यानी 2 रातां 'च 2 वारदातां होईयां ने। असीं 3 फड़े सीगे, 1 चोर ਸੀਗਾ, 2 ਚੋਰਨੀਆਂ ਨੇ ਨਾਲ, ਤੇ ਪਤਾ ਨਹੀਂ ਪਿੱਛੋਂ ਆਏ ਸੀਗੇ ਕੁਛ ਲੜਖੜਾਉਂਦੇ ਜੇ, ਕੁਛ ਜਿਵੇਂ ਆਪਣੇ ਆਪ 'ਚ ਨਹੀਂ ਹੁੰਦਾ ਨਸ਼ੇੜੀ ਵਗੈਰਾ, ਤੇ ਅਸੀਂ ਇਹਨਾਂ ਨੂੰ ਪੁੱਛਤਾਛ ਕੀਤੀ, ਇਹਨਾਂ ਤੋਂ ਕੁਛ ਸੱਚ ਨਹੀਂ ਦੱਸਿਆ ਗਿਆ। ਕਦੇ ਕਹਿਣ ਅਸੀਂ ਉੱਧਰ ਮੱਥਾ ਟੇਕ ਕੇ ਆਇਆ, ਕਦੇ ਕਹਿਣ ਅਸੀਂ ਫਤਿਹਗੜ੍ਹ ਸਾਹਿਬ ਆਇਆ, ਤੇ ਕਦੇ ਕਹਿਣ ਅਸੀਂ ਜਾ ਕੇ ਆਇਆ ਕਾਲੀ ਮਾਈ ਦੇ ਮੰਦਰ। ਇੱਕ ਦੀ ਮੌਤ ਹੋਈ ਆ, ਪਤਾ ਨਹੀਂ ਉਹ ਅਟੈਕ ਹੋਇਆ ਹੋਣਾ, ਕਿਉਂਕਿ ਅਸੀਂ ਜਦ ਫੜ ਕੇ ਲਿਆਉਂਦੇ ਨੇ ਸਵੇਰੇ, ਉਹ ਚੱਲ ਕੇ ਬੰਦਾ ਆਇਆ ਇੱਥੇ ਰਹਿੰਦਾ, ਇੱਥੇ ਅਸੀਂ ਉਹਨਾਂ ਨੂੰ ਸਵੇਰੇ ਚਾਹ ਪਿਲਾਈ ਆ, ਪਾਣੀ ਵੀ ਪਿਲਾਇਆ, ਰਾਤ ਨੂੰ ਵੀ ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਲਾਉਂਦੇ ਰਹੇ ਹਾਂ। ਜਦ ਛਿੱਤਰ ਛੁੱਤਰ ਪਲੇਟ ਦੇਖੋ, ਅਸੀਂ ਆਪਦੇ ਦੂਸਰੇ ਮੁਰਜ ਲੱਗਣ ਨੂੰ ਫਿਰਦੇ ਸੀਗੇ, ਭੀੜ ਨੇ ਕਿਸੇ ਨੇ ਹੋ ਸਕਦਾ ਕਰਤੀ ਹੋਵੇ ਵਿੱਚੋਂ, ਅਸੀਂ ਨੂੰ ਕੁਛ ਕਹਿ ਸਕਦੇ ਇਹਦੇ ਬਾਰੇ, ਕਿਉਂਕਿ ਜਦ ਇਹ ਸਾਡੇ ਕੋਲ ਇਹ ਟਾਈਮ ਜੀ ਸਵੇਰ ਦਾ ਜਾ ਹੋ ਜਾਂਦਾ ਪਾਠੀ ਬੋਲਣ ਦੇ ਵੇਲੇ, ਲਗਭਗ 4 ਜਾਂ ਥੋੜ੍ਹਾ ਜਿਹਾ ਇਸ ਤੋਂ ਪਹਿਲਾਂ ਕਹਿ ਲਓ, ਕਿਉਂਕਿ ਸਾਰੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਹੋ ਗਈ, ਸਾਡੇ ਅਗੌਲ 'ਚ, ਸਹੌਲੀ 'ਚ, ਮਾਂਗਿਆਲ 'ਚ, ਕੈਦੂਪੁਰ 'ਚ, ਇਹਨਾਂ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਹੋਈਆਂ ਨੇ, ਅਤੇ ਫਿਰ ਸਾਰੇ ਹਜੂਮ ਇਕੱਠਾ ਹੋ ਕੇ ਆ ਗਿਆ। ਅਤੇ ਸਾਨੂੰ ਇਹਨਾਂ ਤੋਂ ਜਿਹੜਾ ਪਤਾ ਲੱਗਿਆ ਸੀਗਾ, ਕਿਉਂਕਿ ਮੇਰਾ ਟ੍ਰਾਂਸਫਾਰਮਰ ਚੋਰੀ ਹੋਇਆ ਪਰਸੋਂ ਰਾਤ ਨੂੰ, ਅਤੇ ਉਹਦਾ ਤਾਂਬਾ ਕੱਢਿਆ ਨਹੀਂ ਗਿਆ, ਕੱਲ੍ਹ ਰਾਤ ਨੂੰ ਇਹ ਤਾਂਬਾ ਕੱਢਣ ਆਏ ਸੀਗੇ, ਉਹ ਸੂਏ 'ਤੇ ਸਿੱਟ ਗਏ, ਉਹ ਸੂਏ 'ਤੇ ਸਿੱਟ ਕੇ ਕਟਰ ਵਗੈਰਾ ਨਾਲ ਲੈ ਕੇ ਆਏ ਨੇ। ਜਦ ਅਸੀਂ ਇਹਨਾਂ ਤੋਂ ਮਨਾ ਲਏ, ਇਹ ਮੰਨ ਗਏ ਸਾਡੇ ਕੋਲ, ਅਸੀਂ ਆਪਦਾ ਟ੍ਰਾਂਸਫਾਰਮਰ ਲੱਭਣ ਲੱਗੇ, ਸਾਨੂੰ ਨਹੀਂ ਦਿਸਿਆ, ਫਿਰ ਅਸੀਂ ਇਹਨਾਂ ਨੂੰ ਨਾਲ ਲੈ ਕੇ ਗਏ, ਫਿਰ ਸਾਨੂੰ ਇਹਨਾਂ ਤੋਂ ਪਤਾ ਲੱਗਿਆ ਵੀ ਸਾਡੇ 3 ਸਾਥੀ ਹੋਰ ਨੇ, ਫਿਰ ਅਸੀਂ ਸਾਡੇ ਕੋਲ ਜਿੰਨੇ ਵੀ ਮੋਟਰਸਾਈਕਲ ਸੀਗੇ, ਜਿੰਨੀਆਂ ਵੀ ਗੱਡੀਆਂ, ਜੋ ਵੀ ਅਸੀਂ ਸੋਰਸ ਸੀਗਾ ਆਪਣੇ ਕੋਲ, ਅਸੀਂ ਖੇਤਾਂ 'ਚ ਨੂੰ ਭਜਾ ਕੇ, ਪਿੰਡਾਂ ਵਿੱਚ ਨੂੰ ਭਜਾ ਕੇ ਅਸੀਂ ਨਾਕਾਬੰਦੀ ਕੀਤੀ ਆ, ਪਰ ਉਹ ਸਾਡੇ ਹੱਥ ਨਹੀਂ ਲੱਗੇ, ਉਹਨਾਂ ਕੋਲ ਹਥਿਆਰ ਨੇ, ਉਹ ਤਲਵਾਰਾਂ ਨਾਲ ਲੈਸ ਨੇ ਉਹ ਬੰਦੇ, ਅਰੇ ਦੱਸ ਰਹੇ ਨੇ ਵੀ 6 ਕਤਲ ਅਸੀਂ ਕਰ ਚੁੱਕੇ ਹਾਂ। ਹਾਂਜੀ ਹਾਂ, ਇਹ ਜਿਹੜੇ ਹੁਣ ਇੱਥੋਂ ਕੀ ਨਾ, ਇਹ 6 ਕਤਲ ਮੰਨਿਆ, ਉਹ 4-5 ਕਤਲ ਉਹ ਮੰਨ ਰਹੀਆਂ ਨੇ, ਦੱਸ ਰਹੀਆਂ ਨੇ ਵੀ ਕਿੱਥੇ ਅਸੀਂ ਬਈਆ ਮਾਰਿਆ, ਕਿੱਥੇ ਅਸੀਂ ਮੋਬਾਈਲ ਖੋਹਿਆ, ਕਿੱਥੇ ਅਸੀਂ ਕਿਸਾਨ ਮਾਰਿਆ, ਇਹ ਸਾਰਾ ਕੁਝ ਬੋਲ ਰਹੀਆਂ ਤੋਤੇ ਵਾਂਗੂ ਉਹ। ਜੇ ਸਾਡੇ ਕੋਲ ਮੰਨੇ ਨੇ, ਹੁਣ ਪੁਲਿਸ ਪ੍ਰਸ਼ਾਸਨ ਜੀ ਸਾਹਿਬ ਪਹੁੰਚੇ ਨੇ ਅਧਿਕਾਰੀ, ਉਹ ਲੇਡੀਜ਼ ਹੈਗੀਆਂ ਨੇ ਜੋ, ਉਹਨਾਂ ਤੋਂ ਸਟੇਟਮੈਂਟ ਉਹ ਲੈ ਲੈਣਗੇ, ਉਹ ਮੰਨ ਰਹੀਆਂ ਨੇ ਉਹਨਾਂ ਕੋਲ ਵੀ ਇਹ ਟ੍ਰਾਂਸਫਰ ਖੋਲਦੇ ਨੇ। ਇਹ ਤਾਂ ਜੀ 5-6 ਮਹੀਨੇ ਤੋਂ ਉਰੇ ਚੋਰੀਆਂ ਕਰ ਰਹੇ ਨੇ ਜੀ, ਅਤੇ ਕਦੇ ਸਟਾਰਟਰ ਲੈ ਕੇ ਖੋਲ੍ਹ ਗਏ, ਅਤੇ ਆਪਣੇ ਇਹ ਜਨਾਨੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਨੂੰ ਜਾਂਦੀਆਂ ਨੇ ਪਾਸੇ ਦਿਨ ਸਾਡੇ ਸਵੇਰੇ 4 ਵਜੇ ਜੀ, ਉਹਨਾਂ ਦੀਆਂ ਬਾਣੀਆਂ ਬੁਣੀਆਂ ਵੀ ਖੜ ਲੈ ਗਏ ਜੀ, ਪਹਿਲਾਂ ਕੱਢ ਗਏ, ਕਦੇ ਕੇਬਲਾਂ ਵੱਢਦੇ ਨਹੀਂ ਜੀ ਇਹ, ਇਹ ਬਹੁਤ ਜਣੀ ਇਹਨਾਂ ਦੀ ਗੁੰਡਾਗਰਦੀ ਮਚਾਈ ਹੋਈ ਜਿਹੜੇ ਸਾਡੇ। ਕਿੰਨੇ ਬੰਦੇ ਸੀ ਜਿਹੜੇ? ਬੰਦੇ ਤਾਂ 1 ਗੱਡੀ ਭੱਜ ਗਈ ਜੀ, ਹੁਣ 3 ਫੜੇ ਗਏ ਜੀ ਇਹ, ਅਤੇ ਬਾਕੀ 1 ਗੱਡੀ ਭੱਜ ਗਈ, ਉਹ ਪਤਾ ਨਹੀਂ ਉਹ 'ਚ ਕਿੰਨੇ ਬੰਦੇ ਸੀਗੇ ਜੀ। ਇਹ ਲੇਡੀਜ਼ ਕਿਆ? ਦੋ ਲੇਡੀਜ਼ ਨੇ, ਇੱਕ ਜੈਂਟ। ਫਿਰ ਇਹਦੀ ਮੌਤ ਕਿਵੇਂ ਹੋਈ? ਮੌਤ ਹੋਈ ਹੈ ਜੀ ਸਵੇਰੇ 7 ਵਜੇ ਹਾਰਟ ਅਟੈਕ ਨਾਲ ਹੋਈ ਹੈ ਜੀ, ਬੈਠਾ ਬੈਠੇ ਗਿਰ ਗਏ ਜੀ ਕਲਾਸ। ਕੁੱਟਮਾਰ ਹੋਈ ਹੈ? ਕੁੱਟਮਾਰ ਤਾਂ ਨਹੀਂ ਹੋਈ ਜੀ, ਜਿੰਨਾ ਤੋਂ ਮੈਂ ਆਇਆ ਉਦੋਂ ਬਾਅਦ ਤਾਂ ਗੱਲ ਨਹੀਂ ਹੋਈ ਜੀ, ਪਹਿਲਾਂ 4-5 ਕੁੱਟ ਨਹੀਂ, ਮੈਂ ਤਾਂ 1 ਮਹੀਨੇ ਤੋਂ ਪਤਾ ਨਹੀਂ ਜੀ ਗੱਲ ਬਾਰੇ ਵੀ ਕੁੱਟਮਾਰ ਕਹਿ ਰਹੇ ਸੀ, ਕੁੱਟਮਾਰ ਹੋਈ ਆ ਵੀ ਤਾਂ ਹੋਈ ਆ, ਇਸ ਤਰ੍ਹਾਂ ਦੀ ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ, ਨਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਨਸ਼ੇ ਦੀ ਤੋੜ ਨਾਲ? ਉਹਦਾ ਨਸ਼ੇ ਦੀ ਤੋੜ ਸੀ ਜਾਂ ਕੀ ਤੀ ਜੀ ਨਹੀਂ ਸਮਝ ਆਈ। ਅੱਛਾ, ਹਾਂ ਠੀਕ ਠਾਕ ਤੀ ਜੀ, ਮੈਂ ਲੈਣ ਬੈਠਾ। ਕਿੱਥੋਂ ਕਾਬੂ ਕੀਤਾ ਇਹਨਾਂ ਨੂੰ? ਕਾਬੂ ਗੁਰਦੁਆਰਾ ਸਾਹਿਬ ਕੋਲੋਂ ਹੀ ਕਰੇ ਨੇ ਜੀ।
ਦੁਬਾਰਾ ਰਾਤ ਫੇਰ ਆਏ ਨੇ ਜੀ ਫਿਲਹਾਲ ਉਸੇ ਟ੍ਰਾਂਸਫਾਰਮ ਦੇ ਕਾਕਰ ਕੁਕਰ ਲੈ ਕੇ ਵੱਢ ਲਈਏ ਬੈਲਡਿੰਗ ਹੋਇਆ ਵੱਢ ਕੇ ਤੇ ਰਾਤ ਬੰਦੇ ਨੂੰ ਪਤਾ ਲੱਗ ਗਿਆ ਇੱਥੋਂ ਪਿੰਡ 'ਚ ਲੋਸ ਮਿੰਟਾਂਗੇ ਸਵੇਰੇ ਗੁਰਦੁਆਰਾ ਸਾਹਿਬ ਉੱਥੋਂ ਕਈ ਪਿੰਡਾਂ ਦੇ ਬੰਦੇ ਗੋਲ ਹੋ ਗਿਆ ਜਿਵੇਂ ਜੀ ਆਪਣੇ ਸੌਲੀ ਮਾਂਗੇ ਵਾਲੇ ਪਿੰਡਾਂ ਦੇ ਬੰਦੇ ਵਾਲੇ ਸਾਰੇ ਪਿੰਡਾਂ ਦੇ ਲੋਸ ਮਿੰਟਾਂ ਹੋ ਗਈਆਂ ਪਹਿਲਾਂ ਵੀ ਕਰਕੇ ਗਏ ਨੇ ਹਾਂ ਜੀ ਇੱਕ ਤਾਂ ਦੋ ਦਿਨ ਪਹਿਲਾਂ ਕਰਕੇ ਗਏ ਨੇ ਹਫ਼ਤਾ ਪਹਿਲਾਂ ਟ੍ਰਾਂਸਫਾਰਮ ਚੋਰੀ ਕਰਕੇ ਗਏ ਨੇ ਜੀ ਇੱਕ ਵਾਰਦਾਤਾ ਵੀ ਮੰਨੇ ਤੁਹਾਡੇ ਲਈ ਵੀ ਅਸੀਂ ਇੰਨੇ ਕਤਲ ਕਰ ਚੁੱਕੇ ਹਾਂ ਮੂੰਹ ਮੰਨੇ ਆਪ ਕਿਹਾ ਜੀ ਇਹਨਾਂ ਨੇ ਆਪ ਵੀ ਅਸੀਂ ਤਾਂ ਵੀ ਕਤਲ ਕਰਦੇ ਨੇ ਜੀ ਬੰਦੇ ਸੀਗੇ ਭਈਆ ਵੱਡੇ ਜੀ ਪਤਾ ਨਹੀਂ ਕਿੱਥੇ ਕਹਿ ਰਹੇ ਸੀਗੇ ਨਹਿਰ ਤੇ ਕਹਿੰਦੇ ਨੇ ਜੀ ਹਾਂਜੀ ਟੋਟਲ ਕਿੰਨੇ ਸੀਗੇ ਦੋ ਇਹ ਤਾਂ ਹੁਣ ਤਿੰਨੇ ਸੀਗੇ ਜਿਹੜੇ ਫੜੇ ਗਏ ਨੇ ਜੀ ਬਾਕੀ ਇਹ ਐਂ ਕਹਿੰਦੇ ਵੀ ਅਸੀਂ 13 ਬੰਦੇ ਹਾਂ ਕਾਫੀ ਲੰਬੇ ਸਮੇਂ ਤੋਂ ਜੀ ਇੱਥੇ ਚੋਰੀ ਜਿਹੜੀਆਂ ਵਾਰਦਾਤਾਂ ਨੇ ਉਹ ਹੋ ਰਹੀਆਂ ਸੀਗੀਆਂ ਤੇ ਪਿੰਡ ਦੇ ਲੋਕ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀਗੇ ਤੇ ਅੱਜ 5-7 ਪਿੰਡਾਂ ਦਾ ਇੱਥੇ ਇਕੱਠ ਵੀ ਹੋਇਆ ਤੇ ਲੋਕਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਕਿ ਜਿਹੜਾ ਚੋਰਾਂ ਦਾ ਗਰੋਹ ਆ ਉਹ ਫੜਿਆ ਗਿਆ ਇਹਨਾਂ ਵਿੱਚੋਂ ਇੱਕ ਗੱਡੀ ਮੌਕੇ ਦੇ ਉੱਤੇ ਫਰਾਰ ਹੋ ਗਏ ਉਹ 4-5 ਜਣੇ ਦੱਸਦੇ ਆ ਕਿ ਉਹ ਭੱਜੇ ਆ ਤੇ ਇਹਨਾਂ ਦੇ ਕੋਲ ਹਥਿਆਰ ਵੀ ਪਾਏ ਗਏ ਨੇ ਤੇ ਇੱਕ ਨੌਜਵਾਨ ਦੀ ਜਿਹੜੀ ਹੈਗੀ ਉਹ ਮੌਤ ਹੋਈ ਆ ਉਹਦਾ ਪੋਸਟਮਾਰਟਮ ਪੁਲਿਸ ਕਰਵਾਈ ਇਹਨਾਂ ਕੋਲ ਇਹੀ ਤੇਜ਼ਧਾਰ ਹਥਿਆਰ ਜੀ ਕਿਰਪਾਨਾਂ ਸੀਗੀਆਂ ਰਾੜਾਂ ਸੀਗੀਆਂ ਇਸ ਤਰ੍ਹਾਂ ਦਾ ਜਿਹੜਾ ਹਥਿਆਰ ਹੈ ਉਹ ਬਰਾਮਦ ਹੋਇਆ ਹਰਿਆਣਾ ਨੰਬਰ ਗੱਡੀ ਸੀਗੀ ਜਿਸ ਦੇ ਵਿੱਚ ਫੜੇ ਗਏ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋਏਗਾ ਕਿਉਂਕਿ ਨਸ਼ੇ ਦੇ ਆਦੀ ਹੁੰਦੇ ਨੇ ਲੋਕ ਹੋ ਸਕਦਾ ਨਸ਼ੇ ਦੀ ਓਵਰਡੋਸ ਕਰਕੇ ਜਾਂ ਕੋਈ ਘਬਰਾ ਕੇ ਅਟੈਕ ਰੂਪ ਆ ਗਿਆ ਪਿੰਡ ਦੇ ਲੋਕ ਬਿਲਕੁਲ ਜੀ ਇੱਕ ਦਿਨ ਦੇ ਵਿੱਚ 3-3 ਟ੍ਰਾਂਸਫਾਰਮ ਚੋਰੀ ਹੁੰਦੇ ਸੀਗੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਘੱਟੋ ਘੱਟ 10 ਬੰਦੇ ਆਏ ਸੀਗੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਲਈ ਤੇ ਰਾਤ ਨੂੰ ਕੋਈ ਬੰਦਾ ਆਪਣੇ ਖੇਤ ਦੇ ਵਿੱਚ ਨਹੀਂ ਜਾ ਸਕਦਾ ਇਕੱਲਾ ਬੰਦਾ ਦੇਖੋ ਰਾਤ ਨੂੰ ਜਿਹੜੇ 11-12 ਵਜੇ ਜਿਹਨਾਂ ਦੀ ਮੋਟਰ ਦੀ ਵਾਰੀ ਹੁੰਦੀ ਹੈ ਅਗਲਾ ਇਕੱਲਾ ਖੇਤ 'ਚ ਨਹੀਂ ਜਾ ਸਕਦਾ 8-10 ਬੰਦੇ ਨੇ ਤੇਜ਼ਧਾਰ ਹਥਿਆਰ ਕੋਲ ਹੁੰਦੇ ਕਿਸੇ ਦੀ ਵੀ ਜਾਨ ਜਾ ਸਕਦੀ ਸੋ ਬਹੁਤ ਹੀ ਮੈਂ ਕਹਿੰਦਾ ਵੀ ਚੰਗਾ ਕੀਤਾ ਪਿੰਡ ਵਾਲਿਆਂ ਨੇ ਫੜੇ ਨੇ ਸਾਰੇ ਤੇ ਇਹਨਾਂ ਦੇ ਖਿਲਾਫ਼ ਸਖ਼ਤ ਜਿਹੀ ਕਾਰਵਾਈਆਂ ਹੋਣੀ ਚਾਹੀਦੀ ਪਿੰਡ ਵਾਲੇ ਦੱਸਣ ਪਿੰਡ ਵਾਲੇ ਜੋ ਦੱਸਿਆ ਸਾਨੂੰ ਤਾਂ ਇਹ ਦੱਸਿਆ ਵੀ ਇਹ ਬੰਦੇ ਚੋਰੀਆਂ ਚੋਰੀਆਂ ਕਰਦੇ ਸੀ ਅਸੀਂ ਨਿਗਰਾਨੀ ਰੱਖ ਰਹੇ ਸੀ ਤੇ ਰਾਤੀ ਇਹ ਬੰਦੇ ਆਏ ਸੀ ਛੱਟੀ ਹਾਲਤ ਇਹਨਾਂ ਨੇ ਇਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਜੀ ਧਰਮਸ਼ਾਲਾ ਦੇ ਵਿੱਚ ਬਿਠਾ ਲਿਆ ਸੀ ਤੇ ਇੱਥੇ ਬੈਠੇ ਜੀ ਇਹਨਾਂ ਨੇ ਦੱਸਣ ਦਾ ਇੱਕ ਦੀ ਮੌਤ ਹੋ ਗਈ ਆ ਬਾਕੀ ਨੂੰ ਪੋਸਟਮਾਰਟਮ ਕਰਾਵਾਂਗੇ ਪਿੰਡ ਵਾਲੇ ਬਿਆਨ ਲੈ ਰਹੇ ਹਾਂ ਪੋਸਟਮਾਰਟਮ ਚ ਆਊਗਾ ਜੋ ਵੀ ਹੋਇਆ ਮੌਤ ਦਾ ਕਾਰਨ ਦਾ ਪੋਸਟਮਾਰਟਮ ਚ ਪਤਾ ਲੱਗ ਸਕਦਾ ਕਿੰਨੇ ਬੰਦੇ ਆਏ ਸੀ ਜੋ ਇਹਨਾਂ ਦੇ ਤਿੰਨ ਇਹਨਾਂ ਨੇ ਕਾਬੂ ਕੀਤੇ ਨੇ ਤਿੰਨੇ ਆਏ ਦੱਸਦੇ ਨੇ ਬਾਕੀ ਤਾਂ ਜੇ ਕੋਈ ਇਹਨਾਂ ਦੇ ਕੋਲ ਜੇ ਕੋਈ ਹੋਇਆ ਉਹ ਦੱਸਣਗੇ ਇਹਨਾਂ ਦੇ ਦੱਸਣ ਕੋਈ ਮੋਟਰਾਂ ਦੇ ਉੱਤੇ ਟ੍ਰਾਂਸਫਾਰਮ ਵਗੈਰਾ ਖੋਲ ਗਏ ਇਹ ਮਲੇਰਕੋਟਲਾ ਦੇ ਵਿੱਚ ਹੈ ਇਹਦਾ ਪਿੰਡ